ਜਿਹੜੀਆਂ ਉਹਨਾਂ ਦੀਆਂ ਅਤੇ ਔਰ ਦੂਸਰਾ ਸਭ ਤੋਂ ਵੱਡਾ ਜਿਹੜਾ ਇਸ ਆਯੋਜਨ ਦੇ ਪਿੱਛੇ ਜਿਹੜਾ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਮਾਂ ਬੋਲੀ ਵਾਸਤੇ, ਪੰਜਾਬੀ ਮਾਂ ਬੋਲੀ ਵਾਸਤੇ ਉਹਨਾਂ ਨੇ ਨੌਜਵਾਨਾਂ ਨੂੰ, ਸਮਾਜ ਨੂੰ ਪ੍ਰੇਰਿਆ ਔਰ ਬਹੁਤ ਸਾਰਾ ਸਾਹਿਤ ਲਿਖ ਕੇ, ਲਿਟਰੇਚਰ ਲਿਖ ਕੇ ਉਹਨਾਂ ਨੇ ਸਾਡੇ ਹਵਾਲੇ ਕੀਤਾ, ਸਾਡਾ ਮਾਰਗਦਰਸ਼ਨ ਕਰਦੇ ਰਹੇ ਔਰ ਸਾਨੂੰ ਬੜੀ ਖੁਸ਼ੀ ਇਸ ਗੱਲ ਦੀ ਕਿ ਅੱਜ ਪ੍ਰੋਫੈਸਰ ਹਜੂਰਾ ਸਿੰਘ ਜੀ ਜੋ ਕਪੂਰਾ ਦੇ ਨਿਵਾਸੀ ਹਨ ਔਰ ਇੱਕ ਬਹੁਤ ਵੱਡੀ ਸ਼ਖਸੀਅਤ ਹਨ ਜਿਨ੍ਹਾਂ ਨੇ ਮੈਨੂੰ ਲੱਗਦਾ 5 ਦਸ਼ਕਾਂ ਤੋਂ ਜ਼ਿਆਦਾ ਵਕਤ ਜਿਹੜਾ ਉਹ ਸਮਾਜ ਦੀ ਸੇਵਾ ਵਾਸਤੇ, ਆਪਣੀ ਪੰਜਾਬੀ ਮਾਂ ਬੋਲੀ ਵਾਸਤੇ, ਭਾਸ਼ਾ ਵਾਸਤੇ, ਸਾਹਿਤ ਵਾਸਤੇ ਖਾਸ ਤੌਰ 'ਤੇ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਉਸੇ ਪਾਸੇ ਉਹਨਾਂ ਨੇ ਲਗਾਈ ਹੈ ਔਰ ਸਿਰਫ ਕਠੂਆ ਜਾਂ ਜੰਮੂ ਵਿੱਚ ਹੀ ਨਹੀਂ ਬਲਕਿ ਸਾਡੇ ਕਠੂਆ ਦੇ ਆਸੇ ਪਾਸੇ ਪੰਜਾਬ, ਹਿਮਾਚਲ ਦੇ ਜਿੰਨੇ ਵੀ ਇਲਾਕੇ ਹਨ ਉਹਨਾਂ ਵਿੱਚ ਉਹ ਸਿੱਖਿਅਕ ਦੇ ਤੌਰ 'ਤੇ ਜਿੱਥੇ ਜਿੱਥੇ ਵੀ ਜਾਂਦੇ ਰਹੇ ਉਹ ਇੱਕ ਮੁਜੱਸਮੇ ਦੀ ਤਰ੍ਹਾਂ ਆਪਣੇ ਗੁਰਮਤਿ ਸਾਹਿਤ ਨੂੰ, ਆਪਣੀ ਸਿੱਖ ਮਰਿਆਦਾ ਨੂੰ, ਆਪਣੀ ਪਰੰਪਰਾ ਨੂੰ, ਆਪਣੀ ਵਿਰਾਸਤ ਨੂੰ ਨਾਲ ਲੈ ਕੇ ਜਾਂਦੇ ਰਹੇ। ਮੰਦਰ ਨੂੰ ਆਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ, ਸਦੀਆਂ ਵਾਂਗੂ ਕੁਛ ਨਹੀਂ ਜਾਣਾ ਮੰਦਰ ਮਸਜਿਦ ਦਾ, ਲਓ ਤੇਰਾ ਮੇਰਾ ਲੱਗਣਾ ਇੱਕ ਦੂਜੇ ਦੇ ਖੰਚਰ ਨੂੰ। ਸੋ ਸੰਗਤ ਜੀ ਇਹ ਜਿਹੜੇ ਕਵੀ ਹਨ ਇਹ ਉਹ ਗੱਲ ਕਹਿ ਦਿੰਦੇ ਹਨ, ਇਹ ਉਹ ਕੰਮ ਕਰ ਜਾਂਦੇ ਹਨ ਜੋ ਸੰਸਾਰ ਦੀ ਕੋਈ ਮੈਡੀਸਨ ਜਾਂ ਸੰਸਾਰ ਦਾ ਕੋਈ ਮਾਰੂ ਹਥਿਆਰ ਨਹੀਂ ਕਰ ਸਕਦਾ। ਇਸ ਕਰਕੇ ਕਵੀ ਜਿਹੜੇ ਹਨ ਇਹ ਸਾਰੇ ਸੰਸਾਰ ਦੀ ਧਰੋਹਰ ਹਨ ਅਤੇ ਕਵੀਆਂ ਦੀ ਕਦਰ, ਉਹਨਾਂ ਦਾ ਇੱਜ਼ਤ, ਉਹਨਾਂ ਦਾ ਮਾਣ ਔਰ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਅਤੇ ਆਪਣੇ ਜੀਵਨ ਨੂੰ ਇੱਕ ਅੱਛੀ ਡਾਇਰੈਕਸ਼ਨ ਦੇਣਾ, ਖਾਸ ਕਰਕੇ ਨੌਜਵਾਨਾਂ ਵਾਸਤੇ ਮੈਂ ਸਮਝਦਾ ਹਾਂ ਕਿ ਬੜਾ ਹੀ ਜ਼ਰੂਰੀ ਹੈ। ਜਿੱਥੋਂ ਤੱਕ ਅੱਜ ਦੇ ਪ੍ਰੋਗਰਾਮ ਦਾ ਤਲਕ ਹੈ, ਸਾਡੇ ਵੀਰ ਗੁਰਜੀਤ ਸਿੰਘ ਜੀ ਜਿਨ੍ਹਾਂ ਦੀ ਯਾਦਗਾਰ ਸਨਮਾਨ ਸਮਾਰੋਹ ਜਿਹੜਾ ਅੱਜ ਅਸੀਂ ਰੱਖਿਆ ਗਿਆ ਹੈ, ਉਹਨਾਂ ਦੇ ਜੀਵਨ ਦੇ ਉੱਪਰ ਹੁਣ ਮੈਡਮ ਸੀਤਾ ਜੀ ਪਰਚਾ ਪੜ੍ਹਨਗੇ ਔਰ ਉਹਨਾਂ ਦੇ ਜੀਵਨ ਦੇ ਬਾਰੇ 'ਚ ਰੋਸ਼ਨੀ ਪਾਉਣਗੇ। ਛਕਣ ਦੇ ਪਹਿਲੇ ਨਾਮ ਭਾਈ ਗੁਰਜੀਤ ਸਿੰਘ ਪਰਿਵਾਰ। ਗੁਰੂ ਨਾਨਕ ਦੇਵ ਜੀ ਦੇ ਮਿਸ਼ਨ ਕਿਰਤ ਕਰਨਾ, ਨਾਮ ਜਪਣਾ ਅਤੇ ਵਨ ਛਕਣ ਦੇ ਰਾਹ ਦੇ ਕਿਰਦਾਰ ਭਾਈ ਗੁਰਜੀਤ ਸਿੰਘ ਅਤੇ ਉਹਨਾਂ ਦਾ ਪਰਿਵਾਰ, ਉਹਨਾਂ ਦੇ ਵਡੇਰੇ ਭਾਈ ਰਘੁਵੀਰ ਸਿੰਘ ਜੀ, ਉਹਨਾਂ ਦੇ ਪਿਤਾ ਸਰਦਾਰ ਜੋਗਿੰਦਰ ਸਿੰਘ ਜੀ, ਉਹਨਾਂ ਦੇ ਜਿਨ੍ਹਾਂ ਨੇ ਕਿ ਆਪਣੀ ਪੂਰੀ ਜ਼ਿੰਦਗੀ ਪਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਹੋਏ ਅਤੇ ਹਰ ਹਾਲਾਤ ਦੀ ਕਮਾਈ ਕਰਦੇ ਹੋਏ ਕਿਰਤੀ ਹੋਣ ਦਾ ਮਾਣ ਹਾਸਿਲ ਕੀਤਾ ਅਤੇ ਉਸ ਨੇਕ ਅਤੇ ਮਿਹਨਤ ਨਾਲ ਕਿਰਤੀ ਹੋਏ ਖੇਤ ਵਿੱਚੋਂ ਕਈ ਪੀੜ੍ਹੀਆਂ ਤੋਂ ਆਪਣਾ ਦਸਵੰਧ ਪੜ੍ਹਦੇ ਰਹੇ ਅਤੇ ਗੁਰਬਾਣੀ ਦੇ ਨਾਲ ਜੁੜੇ ਰਹੇ। ਸਮਾਜ, ਪਰਿਵਾਰ ਅਤੇ ਕੌਮ ਲਈ ਮਾਣ ਵਾਲੀ ਗੱਲ। ਕੋਵਸਤੀ ਵਿਖੇ ਸਰਦਾਰ ਜੋਗਿੰਦਰ ਸਿੰਘ ਜੀ, ਜਿਹੜੇ ਕਿ ਜੰਮੂ ਯੂਨੀਵਰਸਿਟੀ ਤੋਂ ਅਸਿਸਟੈਂਟ ਰਜਿਸਟਰਾਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ, ਉਹਨਾਂ ਦੀ ਪੂਰੀ ਜ਼ਿੰਦਗੀ ਉਹਨਾਂ ਦਾ ਨੌਕਰੀ ਦੇ ਦੌਰਾਨ ਦਾ ਜਿਹੜਾ ਇੱਕ ਵੱਡਾ ਹੀ ਨਿਮਰਤਾ, ਸਾਦਗੀ ਅਤੇ ਇਮਾਨਦਾਰੀ ਨਾਲ ਭਰਿਆ ਜੀਵਨ ਆਪਣੀ ਨੌਕਰੀ ਦੌਰਾਨ ਗੁਜ਼ਾਰਿਆ, ਉਹ ਆਪਣੇ ਆਪ 'ਚ ਇੱਕ ਮਿਸਾਲ ਹੈ। ਕਦੇ ਐਵੇਂ ਨਹੀਂ ਜਾ ਸਕਦਾ ਕਿ ਸੱਚਮੁੱਚ ਉਹ ਹਕੀਕਤ ਹੈ ਜੋ ਹਰ ਕੋਈ ਜਿਹੜਾ ਜੀਵਨ ਹੈ। ਮੈਂ ਤਾਂ ਦੋ ਗੱਲ ਤੁਹਾਨੂੰ ਵੀ ਸੁਣਾ ਦਿੱਤਾ। ਸ਼ਹੀਦਾਂ ਦਾ ਲਹੂ ਜੁਲਾਤ ਦੇ
ਰਹਿਣ ਜਾ ਸਕਦਾ ਸ਼ਹੀਦਾਂ ਦਾ ਲਹੂ ਦੁਲਾ ਕਦੇ ਰਹਿਣ ਜਾ ਸਕਦਾ। के जो इनकी फिलासफी थी, उनका एम था यूथ के प्रति या अपने रिलीजन के प्रति, उसको आगे बढ़ाने में जो हमारा सहयोग होगा हम इस कमेटी का देते रहेंगे, और जिस तरीके से ये सहयोग लेना चाहे हम वो सहयोग करने के लिए तैयार हैं। इस मंच पर आज के जो मुख्य प्रवीण हैं, जिनको आज लाइफ टाइम अचीवमेंट अवार्ड से सम्मानित किया गया, इनके साथ मेरे को काम करने का मौका तो मिला था, इनके साथ बहुत से हमने कवि सम्मेलन इनके सुने थे। ਸਾਡੀ ਕੋਸ਼ਿਸ਼ ਇਹ ਵੀ ਕੰਮ